ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਜਿਹੜੀਆਂ ਮਗਰਲੀਆਂ ਸੀਟਾਂ 'ਤੇ ਆ ਗੱਡੀਆਂ ਦੇ ਵਿੱਚ ਉੱਥੇ ਵੀ ਸੀਟ ਬੈਲਟਾਂ ਲੱਗਣਗੀਆਂ। ਬਟ ਹੁਣ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਉਹਨਾਂ ਦੇ ਨਾ ਤਾਂ ਬੈਕ ਸੀਟ ਜਿਹੜੀ ਉਹਦੇ 'ਤੇ ਕੋਈ ਬੈਲਟ ਨਹੀਂ ਹੁੰਦੀ। ਸਰਕਾਰ ਦਾ ਇਹ ਫੈਸਲਾ ਕਿੰਨਾ ਕੁ ਵਧੀਆ ਆ, ਲੋਕਾਂ ਦੀ ਜਾਨ ਵੀ ਬਚ ਸਕਦੀ ਆ। ਹਾਂਜੀ ਸਰ, ਇਹ ਤਾਂ ਠੀਕ ਹੈ, ਫੈਸਲਾ ਤਾਂ ਬਹੁਤ ਵਧੀਆ ਵਾ, ਪਰ ਜਿਹੜੀਆਂ ਕੁਛ ਜਿਹੜੇ ਦੂਜੀਆਂ ਚੀਜ਼ਾਂ ਚੱਲਣੀਆਂ, ਘੜੁੱਕੇ ਵਗੈਰਾ, ਉਹਨਾਂ ਲਈ ਵੀ ਸਰਕਾਰ ਨੂੰ ਸਖ਼ਤ ਹੋਣਾ ਚਾਹੀਦਾ। ਲੋਕਾਂ ਦੇ ਜੇਬਿਆਂ 'ਤੇ ਵੀ ਕਿਤੇ ਨਾ ਕਿਤੇ ਡਾਕਾ ਪੈ ਸਕਦਾ ਵਾ, ਵੱਡੇ ਚਲਾਣ ਭੁਗਤਣੇ ਪੈ ਸਕਦੇ ਹੁਣ ਜੇ ਤਾਂ ਹਰਾਸਮੈਂਟ ਕਰਨਗੇ ਆਮ ਪਬਲਿਕ ਨੂੰ। ਸਤਿ ਸ਼੍ਰੀ ਅਕਾਲ, 10 ਸਮਰ ਨੂੰ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਜਗਜੀਤ ਸਿੰਘ। ਦਰਸ਼ਕੋ, ਤੁਸੀਂ ਵੇਖ ਰਹੇ ਹੋ ਕਿ ਸਰਕਾਰ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਜਿਹੜੀਆਂ ਮਗਰਲੀਆਂ ਸੀਟਾਂ 'ਤੇ ਆ ਗੱਡੀਆਂ ਦੇ ਵਿੱਚ ਉੱਥੇ ਵੀ ਸੀਟ ਬੈਲਟਾਂ ਲੱਗਣਗੀਆਂ। ਜਿਸ ਤਰੀਕੇ ਨਾਲ ਆਪਣੀ ਸੇਫਟੀ ਵਾਸਤੇ ਸਰਕਾਰ ਵੱਲੋਂ ਪਲਾਨ ਬਣਾਇਆ ਗਿਆ ਕਿ ਜਿਸ ਤਰੀਕੇ ਨਾਲ ਗੱਡੀਆਂ ਵਾਹਨ ਚੱਲਦੇ ਨੇ, ਵੱਡੀਆਂ ਗੱਡੀਆਂ ਚੱਲਦੀਆਂ ਨੇ, ਉਹ ਸਪੀਡਾਂ ਚੱਲਦੀਆਂ ਨੇ, ਅਤੇ ਸੀਟ ਬੈਲਟ ਲਾਉਣੀ ਬਹੁਤ ਲਾਜ਼ਮੀ ਹੁੰਦੀ ਆ ਅਤੇ ਲੋਕ ਲਗਾਉਂਦੇ ਵੀ ਨੇ। ਪਰ ਹੁਣ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਹੜੀਆਂ ਮਗਰਲੀਆਂ ਸੀਟਾਂ ਨੇ ਉਹਨਾਂ 'ਤੇ ਵੀ ਜਿਹੜੀਆਂ ਸੀਟ ਬੈਲਟਾਂ ਲਾਉਣੀਆਂ ਹੋਣਗੀਆਂ। ਪਰ ਉਸ ਤਰੀਕੇ ਨਾਲ ਲੋਕ ਕਿੱਦਾਂ ਦੇ ਵੇਖਦੇ ਨੇ, ਸਾਡੇ ਨਾਲ ਲੋਕ ਕੁਛ ਮੌਜੂਦ ਨੇ, ਆਪਾਂ ਗੱਡੀਆਂ ਦੇ ਲੋਕਾਂ ਨੂੰ ਗੱਲ ਕਰਾਂਗੇ। ਹਾਂਜੀ ਭਾਅ ਜੀ, ਕੀ ਨਾਂ ਆ ਜੀ? ਸੁਰਿੰਦਰ ਸਿੰਘ ਜੀ। ਭਾਅ ਜੀ, ਗੱਲ ਕਰੀਏ ਸਰਕਾਰ ਵੱਲੋਂ ਅੱਜ ਨਵਾਂ ਨੋਟੀਫਿਕੇਸ਼ਨ ਆਇਆ, ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਨਿਊਜ਼ ਖਬਰਾਂ ਚੱਲ ਰਹੀਆਂ ਨੇ ਕਿ ਮਗਰਲੀ ਸੀਟ 'ਤੇ ਵੀ ਜਿਹੜੀ ਸੀਟ ਬੈਲਟ ਲਾਉਣੀ ਪਊਗੀ, ਕਿਸ ਤਰੀਕੇ ਦਾ ਫੈਸਲਾ ਵੇਖਦੇ ਸਰਕਾਰ ਦਾ? ਸਰ ਠੀਕ ਹੈ, ਜਿਹੜਾ ਫੈਸਲਾ ਵਧੀਆ ਵਾ, ਨਵੀਂ ਸੀ ਹੁਣ ਜਿਹੜੀਆਂ ਨਵੀਆਂ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਤਾਂ ਜਿਹੜੀ ਉਹ ਬੈਕ ਸੀਟ 'ਤੇ ਵੀ ਜਿਹੜੀ ਨਾ ਉਹ ਬੈਲਟ ਆ ਰਹੀ ਆ, ਸੀਟ ਬੈਲਟ ਜਿਹੜੀ ਆ ਉਹ ਤਾਂ ਲਗਾ ਲੈਣਗੇ। ਬਟ ਹੁਣ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਉਹਨਾਂ ਦੇ ਨਾ ਤਾਂ ਬੈਕ ਸੀਟ ਜਿਹੜੀ ਉਹਦੇ 'ਤੇ ਕੋਈ ਬੈਲਟ ਨਹੀਂ ਹੁੰਦੀ, ਅਤੇ ਜਿਹੜੇ ਹੁਣ ਆਪਣੇ ਜਿੱਦਾਂ ਰੇੜੇ ਚੱਲ ਰਹੇ ਆ ਜਾਂ ਘੜੁੱਕੇ ਚੱਲ ਰਹੇ ਆ, ਘੜੁੱਕੇ ਜਿਹੜੇ ਚੱਲ ਰਹੇ ਜਿਨ੍ਹਾਂ ਦੇ ਹੁਣ ਉਹਨਾਂ ਦੇ ਉਹ ਉਹਨਾਂ ਨੂੰ ਵੀ ਰੋਕ ਲਾਉਣੀ ਚਾਹੀਦੀ ਆ, ਕਿਉਂਕਿ ਉਹਨਾਂ ਦੇ ਕਿਹੜੀਆਂ ਹੁਣ ਸੀਟ ਬੈਲਟਾਂ ਨੇ। ਪੰਜਾਬ ਸਰਕਾਰ ਨੂੰ ਇਹ ਵੀ ਤਾਂ ਦੇਖਣਾ ਚਾਹੀਦਾ, ਸਰਕਾਰ ਨੂੰ ਇਹ ਵੀ ਤਾਂ ਦੇਖਣਾ ਚਾਹੀਦਾ ਨਾ ਕਿ ਜਿਹੜੇ ਬੰਦੇ ਨੇ ਇੰਨੀ ਮਹਿੰਗੀ ਗੱਡੀ ਲਈ ਉਹ ਤਾਂ ਸੀਟ ਬੈਲਟ ਲਾਊਗਾ ਹੀ ਲਾਊਗਾ, ਪਰ ਆ ਜਿਹੜੇ ਘੜੁੱਕਿਆਂ ਵਾਲੇ ਉੱਦਾਂ ਹੀ ਜਿਹੜੇ ਰੋਡਾਂ ਦੇ ਉੱਤੇ ਚੱਲਦੇ, ਨਾ ਉਹਨਾਂ ਦੇ ਕੋਲ ਕੋਈ ਪੇਪਰ ਆ, ਨਾ ਉਹਨਾਂ ਦੇ ਕੋਲ, ਉਹ ਵੀ ਤਾਂ ਚੱਲਣ ਡੇ, ਉਹਨਾਂ 'ਤੇ ਵੀ ਰੋਕਾਂ ਲਾਉਣੀਆਂ ਚਾਹੀਦੀਆਂ ਨਾ। ਇਸ ਲਈ ਜ਼ਰੂਰੀ ਆ, ਪਰ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਸਰਕਾਰ। ਪਰ ਕੀ ਲੱਗਦਾ ਕਿ ਜੇ ਸਰਕਾਰ ਦਾ ਇਹ ਫੈਸਲਾ ਕਿੰਨਾ ਕੁ ਵਧੀਆ ਆ, ਲੋਕਾਂ ਦੀ ਜਾਨ ਵੀ ਬਚ ਸਕਦੀ ਆ, ਸੇਫਟੀ ਹੋ ਸਕਦੀ ਆ, ਕੋਈ ਵੀ ਮਿਸਹੈਪਨਿੰਗ ਹੁੰਦੀ, ਐਕਸੀਡੈਂਟ ਹੁੰਦਾ ਤਾਂ ਉਹਦੇ ਵਿੱਚ ਸੀਟ ਬੈਲਟ ਲੱਗੀ ਹੋਣਾ, ਲੋਕਾਂ ਦੀ ਸੇਫਟੀ ਹੋ ਜਾਂਦੀ ਆ? ਹਾਂਜੀ ਸਰ, ਇਹ ਤਾਂ ਠੀਕ ਹੈ, ਫੈਸਲਾ ਤਾਂ ਬਹੁਤ ਵਧੀਆ ਵਾ, ਪਰ ਜਿਹੜੀਆਂ ਕੁਛ ਜਿਹੜੇ ਦੂਜੀਆਂ ਚੀਜ਼ਾਂ ਚੱਲਣੀਆਂ, ਘੜੁੱਕੇ ਵਗੈਰਾ, ਉਹਨਾਂ ਲਈ ਵੀ ਸਰਕਾਰ ਨੂੰ ਸਖ਼ਤ ਹੋਣਾ ਚਾਹੀਦਾ ਕਿ ਉਹ ਵੀ ਰੋਡ 'ਤੇ ਚੱਲਦੇ ਆ, ਕਈ ਦੇਖੇ ਹੁਣ ਹਾਈਵੇ 'ਤੇ ਵੀ ਚੱਲਦੇ ਆ ਘੜੁੱਕੇ ਵਗੈਰਾ, ਉਹਨਾਂ 'ਤੇ ਕੋਈ ਪੁਲਿਸ ਉਹਨਾਂ ਨੂੰ ਕੋਈ ਰੋਕਦੀ ਨਹੀਂ, ਕੋਈ ਕੁਛ ਨਹੀਂ, ਬਟ ਉਹਨਾਂ ਲਈ ਵੀ ਤਾਂ ਕੁਛ ਨਾ ਕੁਛ ਸਰਕਾਰ ਨੂੰ ਕਰਨਾ ਚਾਹੀਦਾ, ਕੋਈ ਨਾ ਕੋਈ ਸਖ਼ਤੀ ਜਿਹੜੀ ਉਹਨਾਂ ਲਈ ਅਪਣਾਉਣੀ ਚਾਹੀਦੀ ਹੈ। ਲਗਾਤਾਰ ਤੁਹਾਨੂੰ ਮੈਂ ਤਸਵੀਰਾਂ ਹੀ ਦਿਖਾ ਰਹੀ ਸੀ, ਸਾਡੇ ਨਾਲ ਹੋਰ ਵੀ ਵੀਰ ਜੀ ਮੌਜੂਦ ਨੇ ਇੱਥੇ। ਹਾਂਜੀ ਵੀਰ ਜੀ, ਕੀ ਨਾਂ ਹੈ ਆਪਣਾ, ਕਿਸ ਤਰੀਕੇ ਨਾਲ ਵੇਖ ਰਹੇ ਹੋ ਅੱਜ ਜਿਹੜਾ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾ, ਕਿਸ ਤਰੀਕੇ ਨਾਲ ਵੇਖਦੇ ਹੋ ਸੀਟ ਬੈਲਟ ਲਾਉਣ ਨੂੰ ਮਗਰਲੀ ਸੀਟ 'ਤੇ ਜਿਹੜਾ? ਹਾਂਜੀ, ਇਹ ਬਹੁਤ ਵਧੀਆ ਉਪਰਾਲਾ ਕੀਤਾ ਸਰਕਾਰ ਨੇ, ਪਰ ਹੁਣ ਮੇਰੇ ਕੋਲ ਜਿਵੇਂ ਨਿਊ ਮਾਡਲ ਗੱਡੀ ਆ, ਇਹਦੇ 'ਤੇ ਸੀਟ ਬੈਲਟ ਹੈਗੀ ਬੈਕ ਸਾਈਡ, ਉਹ ਤਾਂ ਲਾਵਾਂਗੇ, ਪਰ ਸਰਕਾਰ ਨੂੰ ਚਾਹੀਦਾ ਜਿਹੜੀਆਂ ਜਗਾੜੂ ਰੇਹੜੀਆਂ ਜੋ ਐਕਸੀਡੈਂਟ ਦਾ ਘਰ ਆ, ਉਹਨਾਂ 'ਤੇ ਥੋੜ੍ਹੀ ਪਾਬੰਦੀ ਚਾਹੀਦੀ ਆ। ਹੁਣ ਬਾਜ਼ਾਰ 'ਚ ਥਾਂ ਥਾਂ ਦੇ ਨਾਕੇ ਆ, ਉੱਥੇ ਸੀਟ ਬੈਲਟ ਦੀ ਇੰਨੀ ਜ਼ਰੂਰਤ ਨਹੀਂ ਆ, ਪਰ ਹਾਈਵੇ 'ਤੇ ਕੋਈ ਨਾਕਾ ਨਹੀਂ ਆ ਜਿੱਥੇ ਲੋੜ ਆ, ਇੱਥੇ ਵੇਖਣਾ ਚਾਹੀਦਾ ਸਰਕਾਰ ਨੂੰ ਥੋੜ੍ਹਾ। ਫਿਰ ਕੀ ਲੱਗਦਾ ਕਿ ਕਿਸ ਤਰੀਕੇ ਦਾ ਫੈਸਲਾ, ਜੇ ਮਤਲਬ ਸਾਰੇ ਸੀਟ ਬੈਲਟ ਲਗਾਉਂਦੇ ਆ ਤਾਂ ਸੇਫਟੀ ਵੀ ਹੁੰਦੀ ਆ, ਕਿਤੇ ਨਾ ਕਿਤੇ ਅਸੀਂ ਜਿਹੜੀ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹਾਈਵੇ 'ਤੇ ਚੜ੍ਹਦੇ ਹਾਂ, ਕਿਤੇ ਨਾ ਕਿਤੇ ਸਾਡੀ ਸੇਫਟੀ ਹੁੰਦੀ ਆ? ਹਾਂਜੀ ਹਾਂਜੀ, ਬਿਲਕੁਲ, ਸੀਟ ਬੈਲਟ ਨਾਲ ਬਹੁਤ ਸੇਫਟੀ ਹੁੰਦੀ ਆ, ਐਕਸੀਡੈਂਟ ਦਾ ਬਚਾਅ ਹੋ ਜਾਂਦਾ ਜੇ, ਇਸ ਕਰਕੇ ਸਾਰਿਆਂ ਸੀਟ ਬੈਲਟ ਲਾਉਣੀ ਚਾਹੀਦੀ ਆ। ਅਤੇ ਹੁਣ ਸਮਝੋ ਜਦੋਂ ਕੋਈ ਪੁਰਾਣੀ ਗੱਡੀ ਆ, ਜੇ ਤਾਂ ਨਹੀਂ ਬੈਕ ਸੀਟ ਬੈਲਟ ਹੈਗੀ, ਉਹ ਤਾਂ ਨਜਾਇਜ਼ ਹੀ ਟੰਗਿਆ ਜਾਏਗਾ ਚਲਾਨ 'ਚ। ਪਰ ਸਰਕਾਰ ਨੂੰ ਇਹਦੇ ਵਾਸਤੇ ਵੀ ਕੁਛ ਸੋਚਣਾ ਚਾਹੀਦਾ ਹੈ, ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਜਿਸ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਗੱਡੀਆਂ ਤਾਂ ਵੈਲਿਡ ਹੁੰਦੀਆਂ ਨੇ, ਕਿਉਂਕਿ ਗੱਡੀ ਤਾਂ 15 ਸਾਲ ਦੀ ਵੈਲਿਡਿਟੀ ਹੁੰਦੀ ਆ, ਗੱਡੀ ਦੀ ਵੈਲਿਡਿਟੀ ਹੁੰਦੀ ਆ, ਪਰ ਉਹ ਕੁਛ ਪੁਰਾਣੀਆਂ ਗੱਡੀਆਂ ਨੇ, ਉਹਨਾਂ ਨੂੰ ਸੀਟ ਬੈਲਟਾਂ ਪਿਛਲੀ ਸੀਟ 'ਤੇ ਨਹੀਂ ਹੁੰਦੀਆਂ। ਪਰ ਉਹਦੇ ਬਾਰੇ ਫਿਰ ਸਰਕਾਰ ਨੂੰ ਕੋਈ ਵਿਚਾਰ ਕਰਨਾ ਚਾਹੀਦਾ, ਹਾਲ ਦੀ ਗੱਡੀ ਕੋਈ ਕੋਈ ਨੋਟੀਫਿਕੇਸ਼ਨ ਇੱਕ ਵੱਖਰਾ ਜਾਰੀ ਕਰਨਾ ਚਾਹੀਦਾ ਮਾਡਲ ਦੇ ਆਧਾਰ 'ਤੇ? ਨਹੀਂ, ਮਾਡਲ ਦੇ ਹਿਸਾਬ ਨਾਲ ਵੱਖਰਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ, ਜੋ 2018 ਤੋਂ ਪਹਿਲਾਂ ਆਉਂਦੀਆਂ, 17 ਤੋਂ ਪਹਿਲਾਂ ਆਉਂਦੀਆਂ, ਵੱਖੋ ਵੱਖ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ, ਜੋ ਕਿ ਕਿਸੇ ਦੇ ਨਜਾਇਜ਼ ਧੱਕੇਸ਼ਾਹੀ ਨਾ ਹੋਵੇ।
ਕੀ ਲੱਗਦਾ ਕਿ ਇਹਦੇ ਵਿੱਚ ਫਿਰ ਜਿਸ ਤਰੀਕੇ ਨਾਲ ਲੋਕਾਂ ਦੇ ਜੇਬਿਆਂ 'ਤੇ ਵੀ ਕਿਤੇ ਨਾ ਕਿਤੇ ਡਾਕਾ ਪੈ ਸਕਦਾ ਵਾ, ਵੱਡੇ ਚਲਾਣ ਭੁਗਤਣੇ ਪੈ ਸਕਦੇ ਆ, ਨਜਾਇਜ਼ ਤੌਰ 'ਤੇ ਜਿਹੜੇ ਆਮ ਲੋਕ ਜਿਹੜੇ ਸੜਕਾਂ 'ਤੇ ਨਿਕਲਦੇ ਆ ਉਹਨਾਂ ਨੂੰ ਇਹ ਚੀਜ਼ ਤੋਂ ਕਿਤੇ ਨਾ ਕਿਤੇ ਉਹ ਅਣਗੌਲਾ ਕਰ ਦਿੰਦੇ ਨੇ ਇਹਨਾਂ ਚੀਜ਼ਾਂ ਨੂੰ ਵੀ ਪਿਛਲੀ ਸੀਟ 'ਤੇ ਸਾਡੀ ਸੀਟ ਬੈਲਟ ਨਹੀਂ ਹੈਗੀ ਅਤੇ ਕੋਈ ਗੱਲ ਨਹੀਂ ਸਾਡਾ ਚੱਲ ਜੂਗਾ, ਪਰ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ? ਬਹੁਤ ਬਹੁਤ ਨੁਕਸਾਨ ਹੋਏਗਾ, ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਇੱਕ, ਉਹ ਜਿਹੜੀਆਂ ਸੀਟ ਬੈਲਟਾਂ ਨਹੀਂ ਹੈਗੀਆਂ ਪੁਰਾਣੀਆਂ ਗੱਡੀਆਂ 'ਚ ਉਹਨਾਂ ਵਾਸਤੇ ਚਾਹੀਦਾ, ਹੁਣ ਜੇ ਤਾਂ ਹਰਾਸਮੈਂਟ ਕਰਨਗੇ ਆਮ ਪਬਲਿਕ ਨੂੰ। ਕੋਲ ਹੋਰ ਵੀ ਵੀਰ ਜੀ ਮੌਜੂਦ ਨੇ, ਆਪਾਂ ਗੱਲ ਕਰਾਂਗੇ। ਹਾਂਜੀ ਵੀਰ ਜੀ, ਕਿਸ ਤਰੀਕੇ ਨਾਲ ਵੇਖਦੇ ਹੋ ਸਰਕਾਰ ਦੇ ਫੈਸਲੇ ਨੂੰ, ਜਿਹੜਾ ਕਿ ਮਗਰਲੀਆਂ ਸੀਟਾਂ 'ਤੇ ਸੀਟ ਬੈਲਟ ਲਾਉਣ ਦੀ ਗੱਲ ਕੀਤੀ ਹੈ, ਕਿਸ ਤਰੀਕੇ ਨਾਲ ਵੇਖਦੇ ਫੈਸਲੇ ਨੂੰ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਹਿਲਾਂ ਗੈਰੀ ਮੇਰਾ ਨਾਮ ਆ ਜੀ। ਜਿਹੜੀ ਤੁਸੀਂ ਗੱਲ ਕਰਦੇ ਮਤਲਬ ਕਿ ਆਪਣਾ ਬੈਲਟ ਵਗੈਰਾ ਲਾਉਣ ਦੀ ਸੀਟ ਬੈਲਟ ਦੀ, ਜਿਹੜੇ ਤਾਂ ਆਪਾਂ ਅੱਗੇ ਬੈਠੇ ਫਰੰਟ 'ਤੇ ਉਹਨਾਂ ਵਾਸਤੇ ਚਲੋ ਮਤਲਬ ਕਿ ਬੈਲਟ ਬਹੁਤ ਜ਼ਰੂਰੀ ਆ ਜੀ, ਕਿਉਂਕਿ ਆਪਾਂ ਹੁਣ ਮੇਨ ਰੋਡ 'ਤੇ ਜਾਂਦੇ, ਹਾਈਵੇ 'ਤੇ ਜਾਂਦੇ ਹਾਂ, ਕੋਈ ਐਕਸੀਡੈਂਟ ਹੋ ਜਾਵੇ ਮਤਲਬ ਕਿ ਕੋਈ ਅੱਗੇ ਇਹ ਜਾਨਵਰ ਆ ਜਾਂਦਾ, ਪਰ ਜਿਹੜੀ ਗੱਲ ਮਤਲਬ ਕਿ ਬੈਕ ਆਪਣਾ ਸਾਈਡ 'ਤੇ ਸੀਟ ਬੈਲਟ ਦੀ, ਅਤੇ ਹੁਣ ਜਿਹੜੀਆਂ ਨਵੀਆਂ ਗੱਡੀਆਂ ਆ ਰਹੀਆਂ ਵਾ ਉਹਨਾਂ ਦੇ ਉੱਤੇ ਮਤਲਬ ਕਿ ਨਾ ਬੈਲਟ ਵਗੈਰਾ ਹੁੰਦੀ ਆ, ਅਤੇ ਪੁਰਾਣੀ ਜਿਹੜੀ ਮਾਡਲ ਗੱਡੀ ਉਹਨਾਂ ਦੀ ਨਹੀਂ ਹੈਗੀ, ਉਹਨਾਂ ਨੂੰ ਥੋੜ੍ਹਾ ਜਿਹਾ ਵੇਖਣਾ ਚਾਹੀਦਾ ਉਹਨਾਂ ਵਾਸਤੇ, ਜਿਹੜਾ ਰੂਲ ਵਗੈਰਾ 'ਚ ਵੇਖਣੇ ਚਾਹੀਦੇ। ਹਾਂਜੀ ਹਾਂਜੀ, ਪਰ ਕਿਤੇ ਨਾ ਕਿਤੇ ਜਿਹੜੇ ਜਗਾੜੂ ਚੀਜ਼ਾਂ ਚੱਲਦੀਆਂ ਨੇ, ਜਗਾੜੂ ਘੜੁੱਕੇ ਚੱਲਦੇ ਨੇ, ਜਗਾੜੂ ਰੇਹੜੀਆਂ ਚੱਲਦੀਆਂ ਨੇ, ਜਾੜੂ ਸਾਈਕਲ ਚੱਲਦੇ ਨੇ, ਜਿਸ ਤਰੀਕੇ ਨਾਲ ਵੇਖਦੇ ਆ ਕਿ ਤਿੰਨ ਪਹੀਆ ਵਾਹਨ ਬਣਾਏ ਹੋਏ ਆ, ਕਿਤੇ ਨਾ ਕਿਤੇ ਉਹਨਾਂ ਬਾਰੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ, ਜ਼ਿਆਦਾਤਰ ਐਕਸੀਡੈਂਟਾਂ ਦਾ ਕਾਰਨ ਉਹ ਵੀ ਬਣਦੇ ਨੇ। ਹਾਂਜੀ ਹਾਂਜੀ, ਉਹਨਾਂ ਵਾਸਤੇ ਮਤਲਬ ਕਿ ਨਾ ਵੈਸੇ ਬੰਦ ਕਰਨੀ ਚਾਹੀਦੀ ਹੈ, ਕਿਉਂਕਿ ਜਿੱਦਾਂ ਹੁਣ ਕੋਈ ਜਿਹੜਾ ਬੰਦਾ ਬਾਈਕ ਲੈਂਦਾ ਵਾ, ਹੈ ਨਾ, ਬਾਈਕ ਲੈ ਕੇ ਉਹਨੂੰ ਨੂੰ ਮਤਲਬ ਕਿ ਜਿੱਦਾਂ ਪਿੱਛੇ ਜਿਹੜਾ ਜਗਾੜ ਲੱਗੇ ਅਤੇ ਮਤਲਬ ਕਿ ਆਟੋ ਵਗੈਰਾ ਇੱਥੇ ਬਣ ਬੁਣ ਜਾਂਦੇ ਆ, ਉਹਨਾਂ ਵਾਸਤੇ ਨਾ ਥੋੜ੍ਹਾ ਖਰਚ ਚਾਹੀਦਾ, ਮਤਲਬ ਕਿ ਉਹਨਾਂ ਦਾ ਇਹ ਨਾ ਐਕਸੀਡੈਂਟ ਬਹੁਤ ਹੁੰਦੇ ਉਹਨਾਂ ਦੇ, ਆਪਾਂ ਮਤਲਬ ਕਿ ਨਾ ਮਤਲਬ ਕਿ ਆਮ ਹੀ ਹੁਣ ਵੇਖੀਦਾ ਜਿੱਥੇ ਰੋਡ 'ਤੇ ਆਉਂਦੇ ਜਾਂਦੇ ਆ, ਇੱਕ ਤੁਸੀਂ ਲਾ ਲਓ ਕਿ ਬਾਈਕ ਦੇ ਪਿੱਛੇ ਤਿਆਰ ਹੋਇਆ ਹੁਣ ਆਟੋ, ਮਤਲਬ ਕਿ ਖੁਸ਼ ਵੀ ਆਟੋ ਅਤੇ ਉਹਨਾਂ ਨੇ ਪਿੱਛੇ ਮਤਲਬ ਕਿ ਸੀਮਟ ਦੀਆਂ ਬੋਰੀਆਂ ਭਰੀਆਂ ਹੁੰਦੀਆਂ ਵਾ ਜਾਂ ਮਤਲਬ ਕਿ ਇੰਨਾ ਸਮਾਨ ਰੱਖਿਆ ਹੁੰਦਾ, ਉਹ ਹੁਣ ਇਹ ਨਾ ਵੀ ਜੀ ਐਕਸੀਡੈਂਟ ਬਹੁਤ ਹੁੰਦੇ ਉਹਨਾਂ ਨਾਲ। ਪਰ ਕੀ ਲੱਗਦਾ ਸਰਕਾਰ ਦਾ ਵਧੀਆ ਫੈਸਲਾ ਜਿਹੜਾ ਸੀਟ ਬੈਲਟ ਲਗਾਉਣਾ, ਪਿਛਲੀ ਸੀਟ 'ਤੇ ਵੀ ਸੀਟ ਬੈਲਟ ਲਗਾਉਣਾ? ਇਹ ਤਾਂ ਭਾਅ ਜੀ ਭਲਾ ਕੀ ਗੱਲ ਆ, ਸਰਕਾਰ ਦਾ ਚਲੋ ਜੋ ਉਹਨਾਂ ਨੇ ਆਖਿਆ ਬਹੁਤ ਵਧੀਆ ਕੀਤਾ, ਇਹ ਨਾ ਭਾਅ ਜੀ ਮਤਲਬ ਕਿ ਨਾ ਸੇਫਟੀ ਆਪਣੀ ਆ, ਇਹ ਚਲੋ ਮਤਲਬ ਕਿ ਹੁਣ ਨਾਕੇ ਲੱਗਦੇ ਆ ਅਤੇ ਆਪਾਂ ਕਹਿੰਦੇ ਹਾਂ ਕਿ ਬੈਲਟ ਲਾ ਲਈਏ ਮਿੰਟੋ ਮਿੰਟ, ਹੈ ਨਾ, ਪਰ ਚਲੋ ਜੇ ਤੁਸੀਂ ਨਾ ਵੀ ਲਾਓਗੇ ਬੈਲਟ ਅਤੇ ਨਾ ਰੱਬ ਨਾ ਕਰੇ ਐਕਸੀਡੈਂਟ ਹੋ ਜੇ, ਫਿਰ ਤਾਂ ਆਪਣਾ ਨੁਕਸਾਨ ਹੋਣਾ ਭਾਅ ਜੀ, ਹੈ ਨਾ। ਸੀਟ ਬੈਲਟ ਭਾਅ ਜੀ ਬਹੁਤ ਜ਼ਰੂਰੀ, ਕੰਪਲਸਰੀ ਹੈ ਸੀਟ ਬੈਲਟ ਆਪਣੀ। ਹਾਂਜੀ ਹਾਂਜੀ, ਸਾਡੇ ਨਾਲ ਮੈਮ ਵੀ ਮੌਜੂਦ ਨੇ, ਕਿਉਂਕਿ ਜੇ ਗੱਲ ਕਰੀਏ ਡਰਾਈਵਿੰਗ ਦੀ ਤਾਂ ਡਰਾਈਵਿੰਗ ਜ਼ਿਆਦਾਤਰ ਮਹਿਲਾਵਾਂ ਵੀ ਵੱਡੇ ਪੱਧਰ 'ਤੇ ਡਰਾਈਵਿੰਗ ਕਰਦੀਆਂ ਨੇ, ਜਿੱਥੇ ਪੁਰਸ਼ ਗੱਡੀਆਂ ਚਲਾਉਂਦੇ ਨੇ ਉੱਥੇ ਮਹਿਲਾਵਾਂ ਨੂੰ ਵੀ ਜ਼ਿਆਦਾਤਰ ਵੱਡੇ ਪੱਧਰ 'ਤੇ ਗੱਡੀਆਂ ਚਲਾਉਂਦੀਆਂ ਨੇ, ਆਪਾਂ ਗੱਲ ਕਰਾਂਗੇ। ਹਾਂਜੀ ਭੈਣ ਜੀ, ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਜਿਸ ਤਰੀਕੇ ਨਾਲ ਸਰਕਾਰ ਨੇ ਫੈਸਲਾ ਲਿਆ ਕਿ ਫਰੰਟ ਸੀਟ 'ਤੇ ਤਾਂ ਸੀਟ ਬੈਲਟ ਲਗਾਉਣੀ ਹੈ, ਬੈਕ ਸਾਈਡ 'ਤੇ ਵੀ ਜਿਹੜੀ ਸੀਟ ਆ ਉਹ 'ਤੇ ਵੀ ਸੀਟ ਬੈਲਟ ਲਗਾਉਣੀ ਪਵੇਗੀ? ਮੇਰਾ ਨਾਮ ਨਵਦੀਪ ਕੌਰ ਹੈ ਅਤੇ ਮੈਂ ਸਰਕਾਰ ਦੇ ਫੈਸਲੇ ਨਾਲ ਬਿਲਕੁਲ ਅਗਰੀ ਕਰਦੀ ਹਾਂ ਕਿ ਬੈਕ ਸਾਈਡ ਵੀ ਸੀਟ ਬੈਲਟਸ ਹੋਣੀਆਂ ਚਾਹੀਦੀਆਂ ਨੇ। ਜੇ ਫਰੰਟ ਤੁਹਾਡੀ ਸੇਫਟੀ ਆ ਤਾਂ ਬੈਕ ਸਾਈਡ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰ ਇੱਕਦਮ ਕੋਈ ਚੀਜ਼ ਆ ਜਾਂਦੀ ਹੈ, ਬੰਦੇ ਨੂੰ ਬ੍ਰੇਕ ਮਾਰਨੀ ਪੈਂਦੀ ਹੈ, ਅਤੇ ਇਸ ਲਈ ਸੀਟ ਬੈਲਟਸ ਲਗਾਉਣਾ ਬਹੁਤ ਜ਼ਰੂਰੀ ਹੈ ਮੇਰੇ ਅਕੋਰਡਿੰਗ, ਅਤੇ ਸਾਰਿਆਂ ਨੂੰ ਇਹ ਰੂਲ ਫੋਲੋ ਕਰਨਾ ਚਾਹੀਦਾ, ਇਹ ਸਾਡੀ ਸੇਫਟੀ ਲਈ ਹੈ, ਕਿਸੇ ਪਰਸਨਲ ਕਿਸੇ ਦੀ ਨਹੀਂ ਹੈਗੀ, ਸਭ ਨੂੰ ਫੋਲੋ ਕਰਨਾ ਚਾਹੀਦਾ। ਪਰ ਕੀ ਲੱਗਦਾ ਕਿ ਜਿਹੜੇ ਲੋਕ ਜਗਾੜੂ ਚੀਜ਼ਾਂ ਚਲਾਉਂਦੇ ਨੇ ਉਹਨਾਂ 'ਤੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵਾ, ਲੋਕਾਂ ਦੀ ਜਾਨ ਬਾਰੇ ਸੋਚਣਾ ਚਾਹੀਦਾ? ਉਹਨਾਂ 'ਤੇ ਬੈਨ ਲੱਗਣਾ ਚਾਹੀਦਾ ਮੇਰੇ ਅਕੋਰਡਿੰਗ ਇੱਦਾਂ, ਕਿਉਂਕਿ ਉਹਨਾਂ ਕਰਕੇ ਜ਼ਿਆਦਾ ਰੋਡ ਐਕਸੀਡੈਂਟਸ ਹੋ ਰਹੇ ਨੇ ਮੋਸਟਲੀ, ਇਸ ਦਾ ਕਾਰਸ 'ਚ ਜੇ ਕੋਈ ਸੀਟ ਬੈਲਟ ਲਗਾਈ ਉਹ ਆਪਣੀ ਸੇਫਟੀ ਦੇਖਦਾ ਪਿਆ, ਪਰ ਇਹ ਜਿਹੜੇ ਪੁਰਾਣੀਆਂ ਚੀਜ਼ਾਂ ਸੀ ਇਹ 'ਚ ਕੋਈ ਸੇਫਟੀ ਨਹੀਂ ਹੈਗੀ, ਅਤੇ ਬੰਦਾ ਉਹਨਾਂ ਦੇ ਚੱਕਰ 'ਚ ਇੱਕ ਦੂਜੀ ਚੀਜ਼ਾਂ ਦਾ ਹੋਰ ਨੁਕਸਾਨ ਹੋ ਜਾਂਦਾ ਹੈ, ਇਸ ਲਈ ਉਹ ਚੀਜ਼ਾਂ ਬੈਨ ਹੋਣੀਆਂ ਚਾਹੀਦੀਆਂ ਮੇਰੇ ਅਕੋਰਡਿੰਗ। ਕਿੰਨਾ ਕੁ ਲਾਹੇਵੰਦ ਫੈਸਲਾ ਸਰਕਾਰ ਦਾ ਜੀ? ਮੇਰੇ ਅਕੋਰਡਿੰਗ ਤਾਂ ਬਿਲਕੁਲ ਸਹੀ ਹੈ, 100% ਸਹੀ ਹੈ। ਠੀਕ ਹੈ, ਹਾਂਜੀ।
ਲਗਾਤਾਰ ਅਸੀਂ ਲੋਕਾਂ ਨਾਲ ਗੱਲ ਕਰ ਰਹੇ ਹਾਂ, ਰਾਹਗੀਰਾਂ ਨਾਲ ਗੱਲ ਕਰ ਰਹੇ ਹਾਂ, ਸਾਡੇ ਨਾਲ ਹੋਰ ਵੀ ਵੀਰ ਜੀ ਮੌਜੂਦ ਨੇ। ਵੀਰ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਸਰਕਾਰ ਦੇ ਫੈਸਲੇ ਨੂੰ, ਸੀਟ ਬੈਲਟ ਲਗਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ? ਹਾਂਜੀ, ਬਹੁਤ ਵਧੀਆ ਫੈਸਲਾ ਹੈ ਉਹਨਾਂ ਦਾ ਸੀਟ ਬੈਲਟ ਦਾ, ਕਿ ਸਾਡੀ ਸੇਫਟੀ ਆ ਸੀਟ ਬੈਲਟ ਲਾਉਣਾ। ਪਰ ਕੁਛ ਅਜਿਹੀਆਂ ਗੱਡੀਆਂ ਨੇ ਜਿਨ੍ਹਾਂ ਨੂੰ ਮਗਰਲੀਆਂ ਸੀਟਾਂ 'ਤੇ ਬੈਲਟ ਹੀ ਨਹੀਂ ਹੁੰਦੀ, ਪੁਰਾਣੀਆਂ ਗੱਡੀਆਂ ਨੇ, ਕੁਛ ਸਰਕਾਰ ਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ? ਹਾਂਜੀ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਪਿੱਛੇ ਵੀ ਸੀਟ ਬੈਲਟਾਂ ਹੁਣ ਅਗਾਂਹ ਜਿਹੜੀਆਂ ਆਉਣ ਵਾਲੀਆਂ ਗੱਡੀਆਂ ਨਵੀਆਂ ਕੱਢਣੀਆਂ ਲਾਉਂਚ ਹੋਣੀਆਂ, ਅਤੇ ਨਵੀਆਂ ਸੀਟ ਬੈਲਟਾਂ ਲਾਉਣ, ਸਾਡੀ ਸੇਫਟੀ ਆ। ਲਗਾਤਾਰ ਤਸਵੀਰਾਂ ਹੀ ਤੁਹਾਨੂੰ ਦਿਖਾ ਰਹੇ ਸੀਗੇ ਕਿ ਗੱਲ ਕੀਤੀ ਜਾ ਰਹੀ ਹੈ ਸੀਟ ਬੈਲਟ ਦੀ, ਅਤੇ ਸਰਕਾਰ ਵੱਲੋਂ ਲਗਾਤਾਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਇਸ ਗੱਲ ਦੀ ਕੀਤੀ ਗੱਲ ਕੀਤੀ ਗਈ ਆ ਕਿ ਜਿਹੜੀਆਂ ਸੀਟ ਬੈਲਟਾਂ ਨੇ ਉਹ ਲੱਗਣਗੀਆਂ, ਅਤੇ ਨਵੀਆਂ ਗੱਡੀਆਂ ਦੀ ਜਿਸ ਤਰੀਕੇ ਨਾਲ ਗੱਲ ਕੀਤੀ ਪੁਰਾਣੀਆਂ ਗੱਡੀਆਂ ਹੋਣਗੀਆਂ, ਪਰ ਜਿਹੜੀਆਂ ਮਗਰਲੀਆਂ ਸੀਟਾਂ ਨੇ ਉਹਨਾਂ 'ਤੇ ਵੀ ਸੀਟ ਬੈਲਟ ਲਾਉਣੀ ਪਊਗੀ। ਅਤੇ ਲੋਕਾਂ ਦਾ ਕੀ ਵਿਊ ਆ ਕਿ ਲੋਕ ਕਿਤਨਾ ਕਿਤੇ ਇਸ ਸਰਕਾਰ ਦੇ ਫੈਸਲੇ ਤੋਂ ਬੜੇ ਖੁਸ਼ ਨਜ਼ਰ ਆ ਰਹੇ ਨੇ ਅਤੇ ਕਹਿ ਰਹੇ ਨੇ ਕਿ ਸਰਕਾਰ ਦਾ ਵਧੀਆ ਉਪਰਾਲਾ ਹੈ, ਜਿਹੜੀ ਸੀਟ ਬੈਲਟ ਲਾਉਣ ਨਾਲ ਸਾਡੀ ਸੇਫਟੀ ਹੁੰਦੀ ਆ ਅਤੇ ਅਸੀਂ ਸੇਫ ਹੁੰਦੇ ਹਾਂ। ਪਰ ਕਿਤਨਾ ਕਿਤੇ ਇਹ ਵੀ ਗੱਲ ਕਿਹਾ ਜਾ ਰਿਹਾ ਕਿ ਜਗਾੜੂ ਜਿਹੜੇ ਹੈਗੇ ਨੇ, ਕੁੜੁੱਕੇ ਨੇ, ਜਗਾੜੂ ਰੇਹੜੀਆਂ ਨੇ, ਉਹਨਾਂ 'ਤੇ ਵੀ ਪਾਬੰਦੀ ਲਾਉਣੀ ਚਾਹੀਦੀ ਆ, ਕਿਉਂਕਿ ਜੇ ਜ਼ਿਆਦਾਤਰ ਵੱਡੇ ਪੱਧਰ 'ਤੇ ਗੱਲ ਕਰੀਏ ਤਾਂ ਜਿਹੜਾ ਐਕਸੀਡੈਂਟਾਂ ਦਾ ਕਾਰਨ ਇਹ ਚੀਜ਼ਾਂ ਹੁੰਦੀਆਂ ਨੇ। ਬਾਕੀ ਜੇ ਸਰਕਾਰ ਦੇ ਫੈਸਲੇ ਦੀ ਕਿਤੇ ਨਾ ਕਿਤੇ ਸ਼ਲਾਘਾ ਕੀਤੀ ਜਾ ਰਹੀ ਆ। ਬਾਕੀ ਤੁਸੀਂ ਜੁੜੇ ਰਹੋ ਇੱਦਾਂ ਹੀ 10 ਸਮਰ ਨੂੰ ਇਹਦੇ ਨਾਲ, ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।